ਮੈਂ ਰਿਸੀਵ ਕਰਦਾ ਹਾਂ, ਮੈਂ ਰਿਸੀਵ ਕਰਦੀ ਹਾਂ, ਮੈਂ ਰਿਸੀਵ ਕਰਦਾ ਹਾਂ, ਰਿਸੀਵ ਕਰਦਾ ਹਾਂ ਤੁਹਾਡੀ ਬਲੈਸਿੰਗ ਨੂੰ, ਤੁਹਾਡੀ ਬਲੈਸਿੰਗ ਨੂੰ, ਤੁਹਾਡੀ ਆਸ਼ੀਸ਼ ਨੂੰ, ਤੁਹਾਡੀ ਆਸ਼ੀਸ਼ ਨੂੰ। Oh,
ਅੱਜ ਤੁਹਾਡੀ ਬਲੈਸਿੰਗ ਦਾ ਦਿਨ ਹੈ, ਅੱਜ ਤੁਹਾਡੀਆਂ ਆਸ਼ੀਸ਼ਾਂ ਦਾ ਦਿਨ ਹੈ। ਪਰਮੇਸ਼ਵਰ ਦੀਆਂ ਬਲੈਸਿੰਗਸ ਨੂੰ ਲੈਣ ਦੇ ਲਈ, ਉਹਦੀਆਂ ਆਸ਼ੀਸ਼ਾਂ ਨੂੰ ਲੈਣ ਦੇ ਲਈ, ਉਹਦੀਆਂ ਬਰਕਤਾਂ ਨੂੰ ਲੈਣ ਦੇ ਲਈ ਆਪਣੇ ਮਨ ਨੂੰ ਖੋਲੋ, ਆਪਣੇ ਮਨ ਨੂੰ ਖੋਲ ਕੇ ਪਰਮੇਸ਼ਵਰ ਦੀ ਆਰਾਧਨਾ ਕਰੀਏ। ਪਵਿੱਤਰ ਬਾਈਬਲ ਚ ਲਿਖਿਆ ਹੈ, ਜੇਕਰ ਤੁਸੀਂ ਚੁੱਪ ਕਰ ਜਾਓਗੇ ਤਾਂ ਪੱਥਰ ਚਿਲਾ ਉੱਠਣਗੇ। ਕੋਈ ਜ਼ੁਬਾਨ ਬੰਦ ਨਾ ਰਹੇ, ਕੋਈ ਅੱਖ ਖੁੱਲੀ ਨਾ ਰਹੇ।
ਪ੍ਰਾਰਥਨਾ ਕਰੀਏ ਮੁਖੜ ਕੇ ਰੀ ਬਾਸ਼ਾ ਵਾਲਾ 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 ਬਾਰ 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 ਬਿਲਕੁਲ ਸੀਰੀਅਸ ਹੋ ਜਾਈਏ ਪਵਿੱਤਰ ਆਤਮਾ ਦਾ ਅਭਿਸ਼ੇਕ ਇਸ ਜਗ੍ਹਾ ਦੇ ਉੱਤੇ ਆ ਚੁੱਕਿਆ ਹੈ ਪਵਿੱਤਰ ਆਤਮਾ ਦਾ ਅਭਿਸ਼ੇਕ ਤੁਹਾਨੂੰ ਜਜਮੈਂਟ ਕਰ ਰਿਹਾ ਹੈ ਤੁਹਾਨੂੰ ਛੂ ਰਿਹਾ ਹੈ ਤੁਹਾਨੂੰ ਜਾਂਚ ਰਿਹਾ ਹੈ ਪਰਖ ਰਿਹਾ ਹੈ ਤੁਹਾਨੂੰ ਛੂਣਾ ਚਾਹੁੰਦਾ ਹੈ ਪੂਰੀ ਤਰ੍ਹਾਂ ਦੇ ਨਾਲ ਆਪਣੇ ਦਿਲ ਨੂੰ ਪਰਮੇਸ਼ਰ ਦੇ ਲਈ ਖੋਲ ਦਿਓ ਪੂਰੀ ਤਰ੍ਹਾਂ ਦੇ ਨਾਲ ਆਰਾਧਨਾ ਦੇ ਵਿੱਚ ਮਗਨ ਹੋ ਕੇ ਆਰਾਧਨਾ ਕਰੋ ਪਰਮੇਸ਼ਰ ਦਾ ਅਭਿਸ਼ੇਕ ਹੋਇਆ ਤੁਹਾਨੂੰ ਛੂਏਗਾ ਇਸੇ ਟਾਈਮ ਤੁਹਾਨੂੰ ਛੂਏਗਾ ਬਹੁਤ ਸਾਰੇ ਲੋਕ ਤੁਹਾਡੇ ਵਿੱਚੋਂ ਆਪਣੀ ਜਗ੍ਹਾ ਤੇ ਜੋ ਖੜੇ ਹੋਏ ਨੇ ਜਦੋਂ ਅਭਿਸ਼ੇਕ ਛੂਏਗਾ ਉਹ ਗਿਰਨਗੇ ਆਪਣੀ ਜਗ੍ਹਾ ਦੇ ਉੱਤੋਂ ਉਹ ਜੋ ਗਿਰਦਾ ਹੈ ਅਭਿਸ਼ੇਕ ਦੇ ਨਾਲ ਉਹਨੂੰ ਗਿਰਿਆ ਰਹਿਣ ਦਿਓ ਲੰਮਾ ਪਿਆ ਰਹਿਣ ਦਿਓ ਕਿਉਂਕਿ ਜਦੋਂ ਪਵਿੱਤਰ ਆਤਮਾ ਛੂੰਦਾ ਹੈ ਉਹਨੂੰ ਟੱਚ ਕਰਦਾ ਹੈ ਤਾਂ ਪਵਿੱਤਰ ਆਤਮਾ ਉਹਦੇ ਤੇ ਕਾਰਿਆ ਕਰਦਾ ਹੈ ਹੋਲੀ ਲੋਰਡ ਜੀਸਸ ਹਾਲੇਲੂਇਆ ਮੈਂ ਭਾਈਆਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਕਿ ਸੀਰੀਅਸ ਹੋ ਕੇ ਆਰਾਧਨਾ ਦੇ ਵਿੱਚ ਖੜੇ ਹੋਵੋ ਬਿਲਕੁਲ ਰੂਹ ਦੇ ਨਾਲ ਸੱਚਾਈ ਦੇ ਨਾਲ ਪਰਮੇਸ਼ਰ ਦਾ ਅਭਿਸ਼ੇਕ ਤੁਹਾਨੂੰ ਵੀ ਛੂਹ ਦੇਣੇ ਜਾ ਰਿਹਾ ਹੈ
ਬੋਲੀ ਮੇਰੀ ਰੂਹ ਦਾ ਆਪਣੇ ਹੱਥ ਪਾਈਏ ਸੁਣ ਦਿਓ। ਬਹੁਤ ਸਾਰੇ ਲੋਕ ਆਤਮਾ ਨਾਲ ਭਰ ਰਹੇ ਨੇ, ਪਰਮੇਸ਼ੁਰ ਦਾ ਅਭਿਸ਼ੇਕ ਸਾਡੇ ਵਿੱਚ ਬੜੇ ਜ਼ੋਰ ਸੇ ਬੜੇ ਬਹੁਤਾਇਤ ਨਾਲ ਕਾਰਜ ਕਰ ਰਿਹਾ ਹੈ। ਹਨੇਰੀਆਂ ਤੂਫਾਨਾਂ ਨੂੰ ਇਹੀ ਯਸੂ ਠੱਲਦਾ। ਬੋਲੋ ਸਭ ਬੋਲੋ 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 ਸਾਰੇ
ਕਰਦਾ ਹਾਂ।